ਚੁੱਲ੍ਹੇ ਸਾਡੇ ਕਿਸਾਨਾਂ ਦੇ ਨਾਲ ਹੀ ਨੇ ਬੰਦਿਆਂ ਦੇ ਨਾਲ ਹੀ ਚੁੱਲ੍ਹੇ ਨੇ ਜੇ ਕੋਈ ਕਮਾਈ ਨਾ ਹੋਈ ਫਿਰ ਚੁੱਲ੍ਹੇ ਕਾਹਦੇ ਨਾ ਤਫੜਨੇ ਚੁੱਲ੍ਹੇ ਤਾਂ ਠੰਡੇ ਹੋਈ ਜਾਂਦੇ ਨੇ ਇਹ ਹਾਲਾਤ ਕੀ ਆ ਨਾ ਆ ਮੰਡੀ ਦੇ ਵਿੱਚ 10 ਦੁਕਾਨਾਂ ਆੜਤੀਆਂ ਦੀਆਂ ਲੱਗਦੀਆਂ ਤੇ ਕਿਸਾਨ ਨੇ ਜਿਹੜੀ ਦੁਕਾਨ ਤੇ ਫਸਲ ਵੇਚਣੀ ਉਹਦੀ ਯੁਰਤ ਇੰਨੀ ਨਹੀਂ ਵੀ ਉਥੋਂ ਚੱਕ ਕੇ ਦੂਜੀ ਦੁਕਾਨ ਤੇ ਵੇਚ ਦੋ ਇਹ ਆਂਦੇ ਬੰਗਾਲ ਦੇ ਵਿੱਚ ਇਹ ਆਂਦੇ ਜਾ ਕੇ ਮਹਾਰਾਸ਼ਟਰ ਦੇ ਵਿੱਚ ਦਿੱਲੀ ਦੇ ਵਿੱਚ ਬੰਬੇ ਚ ਕਿਸਾਨ ਫਸਲ ਵੇਚੂਗਾ ਕਿਸਾਨ ਦੀ ਹਾਲਾਤ ਇਹ ਇੱਕ ਦੁਕਾਨ ਤੋਂ ਚੱਕ ਕੇ ਦੂਜੀ ਦੁਕਾਨ ਤੇ ਨਹੀਂ ਵੇਚ ਸਕਦਾਗਾ ਇਹ ਕੁਰਵਾਨੀਆਂ ਨਹੀਂ ਬੀਬਾ ਬਾਦਲ ਦਾ ਸਹੁਰਾ 10 ਦਿਨ ਪਹਿਲਾਂ ਤਾਂ ਬਿਆਨ ਦੇ ਕੇ ਹਟਿਆ ਵੀ ਇਹ ਆਰਡੀਨੈਂਸ ਕਿਸਾਨਾਂ ਦੇ ਹੱਕ ਦੇ ਵਿੱਚ ਹੈ ਇਹ ਤਾਂ ਛੇਤਰਾ ਤੋਂ ਡਰਦਿਆਂ ਨਿਸ਼ੀਵਾ ਦਿੱਤਾ ਹੈ ਇਹ ਤਾਂ ਅੱਜ ਬੀਬਾ ਬਾਦਲ ਦੀ ਰੇਸ਼ਤੇ ਪੈਰ ਵੱਜਾ ਤੇ ਕੱਲ ਨੂੰ ਜਿੱਦੇ ਪੰਜਾਬ ਵਾਸ ਦਾ ਕੈਪਟਨ ਦੀ ਰੇਸ਼ਤੇ ਹੀ ਵੱਜਣਾ ਹੈਗਾ ਕਿਸਾਨੀ ਲਈ ਖੇਤੀ ਲਈ ਲਿਆਂਦੇਗੇ ਤਿੰਨ ਬਿੱਲਾਂ ਦੇ ਖਿਲਾਫ ਕਿਸਾਨ ਯੂਨੀਅਨ ਵੱਲੋਂ ਪੰਜਾਬ ਵਿੱਚ ਵੱਖ-ਵੱਖ ਜਗ੍ਹਾ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਕਿਸਾਨ ਪੰਜਾਬ ਦੀਆਂ 31 ਕਿਸਾਨ ਜਥੇਬੰਦੀਆਂ ਜੋ ਕੱਲ ਇਕੱਠੀਆਂ ਹੋਈਆਂ ਇੱਕ ਮੰਚ ਤੇ ਇਕੱਠੀਆਂ ਹੋਈਆਂ ਉਹਨਾਂ ਵੱਲੋਂ ਪੰਜਾਬ ਦੇ ਪਿੰਡਾਂ ਦੇ ਵਿੱਚ ਪ੍ਰੋਗਰਾਮ ਦਿੱਤੇ ਗਏ ਸੀ ਮੋਦੀ ਸਰਕਾਰ ਦਾ ਪੁਤਲਾ ਫੋਕਣ ਦੀ ਜਿਸ ਦੇ ਚਲਦਿਆਂ ਅੱਜ ਪਿੰਡ ਘਣੀਆਂ ਵਿਖੇ ਵੱਖ-ਵੱਖ ਜਥੇਬੰਦੀਆਂ ਵੱਲੋਂ ਇਕੱਠੇ ਹੋ ਕੇ ਕਿਸਾਨਾਂ ਵੱਲੋਂ ਇਕੱਠੇ ਹੋ ਕੇ ਮੋਦੀ ਸਰਕਾਰ ਦਾ ਪੁਤਲਾ ਫੁਕਿਆ ਜਾਣਾ ਹੈ ਪਿੰਡ ਵਿੱਚ ਔਰਤਾਂ ਨੇ ਵੱਡੀ ਗਿਣਤੀ ਵਿੱਚ ਇਸ ਸੰਘਰਸ਼ ਦੇ ਵਿੱਚ ਹਿੱਸਾ ਲਿਆ ਅਸੀਂ ਗੱਲਬਾਤ ਕਰਾਂਗੇ ਇੱਥੇ ਕਿਸਾਨ ਜਥੇਬੰਦੀ ਦੇ ਆਗੂਆਂ ਨਾਲ ਕਿਸਾਨਾਂ ਨਾਲ ਕਿ ਉਹਨਾਂ ਨੂੰ ਇਹ ਸੰਘਰਸ਼ ਕਰਨ ਲਈ ਕਿਉਂ ਮਜਬੂਰ ਹੋਣਾ ਪਿਆ ਜੇਕਰ ਸਰਕਾਰ ਇਹ ਬਿੱਲ ਪਾਸ ਕਰ ਦੇ ਤਾਂ ਉਹਨਾਂ ਦੇ ਅਗਲੇ ਕੀ ਉਹਨਾਂ ਦਾ ਜਿਹੜਾ ਅਗਲਾ ਪ੍ਰੋਗਰਾਮ ਹੋਵੇਗਾ ਸਾਡੇ ਨਾਲ ਨੇ ਇਸ ਵਕਤ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਦੇ ਜ਼ਿਲ੍ਹਾ ਜਨਰਲ ਸਕੱਤਰ ਅਤੇ ਬਲਾਰੇ ਇੰਦਰਜੀਤ ਕਣਿਆ ਜੀ ਉਹਨਾਂ ਤੁਸੀਂ ਪੁੱਛਾਂਗੇ ਕਿ ਇੰਦਰਜੀਤ ਜੀ ਸਵਾਗਤ ਹੈ ਤੁਹਾਡਾ ਲੋਕ ਵਾਈਟੀਵੀ ਦਾ ਧੰਨਵਾਦ ਥੈਂਕ ਯੂ ਜੀ ਬਹੁਤ ਬਹੁਤ ਸ਼ੁਕਰਗੁਜ਼ਾਰ। ਇੰਦਰਜੀਤ ਜੀ ਜੱਥੇਬੰਦੀਆਂ ਕੱਲ 31 ਜੱਥੇਬੰਦੀਆਂ ਇੱਕ ਮੰਚ ਤੇ ਇਕੱਠੇ ਹੋਈਆਂ। ਇਸ ਨੂੰ ਤੁਸੀਂ ਕਿਸ ਤਰੀਕੇ ਨਾਲ ਦੇਖਦੇ ਹੋ? ਇਹ ਬਿਲਕੁਲ ਸਮੇਂ ਦੀ ਲੋੜ ਸੀ ਜੱਥੇਬੰਦੀਆਂ ਦਾ ਇਕੱਠੇ ਹੋਣਾ। ਅਕਸਰ ਜਦੋਂ ਸਰਕਾਰਾਂ ਦਿਨ-ਬ-ਦਿਨ ਕਿਸਾਨ ਦੇ ਜਿਹੜੀ ਹੈਗੇ ਜਮੀਨ ਵੱਲ ਵਧਦੀਆਂ ਤਾਂ ਸੁਭਾਵਿਕ ਸੀ ਜੱਥੇਬੰਦੀਆਂ ਨੇ ਇਕੱਠੇ ਹੋਣਾ ਸੀ। ਕੱਲ ਜੱਥੇਬੰਦੀਆਂ ਇਕੱਠੀਆਂ ਹੋਈਆਂ। ਇਹ ਮੁੱਖ ਲੋੜ ਵੇਖ ਕੇ ਇਕੱਠੀਆਂ ਹੋਈਆਂ ਕਿ ਪੰਜਾਬ ਜਾਂ ਦੇਸ਼ ਦੇ ਕਿਸਾਨ ਦੀ ਅੱਜ ਜ਼ਮੀਨ ਨੂੰ ਪੂਰਾ ਖਤਰਾ ਬਣਿਆ ਹੋਇਆ ਕਿਉਂਕਿ ਜਿਹੜੇ ਤਿੰਨ ਆਰਡੀਨੈਂਸ ਕੇਂਦਰ ਸਰਕਾਰ ਲੈ ਕੇ ਆਈ ਹੈ ਦੇਸ਼ ਦੇ ਕਿਸਾਨ ਦੀ ਮੌਤ ਦੇ ਵਰੰਟ ਹੈ ਇਸ ਨੂੰ ਦੇਖ ਕੇ ਸਮੂਚੀਆਂ ਕਿਸਾਨ ਜਥੇਬੰਦੀਆਂ 31 ਕਿਸਾਨ ਜਥੇਬੰਦੀਆਂ ਪੰਜਾਬ ਦੀਆਂ ਕੱਲ ਇੱਕ ਪਲੇਟਫਾਰਮ ਤੇ ਇਕੱਠੀਆਂ ਹੋਈਆਂ ਔਰ ਹਰ ਤਰ੍ਹਾਂ ਦਾ ਅੰਦੋਲਨ ਲੜ ਲਈ ਸਖਤ ਤੋਂ ਸਖਤ ਅੰਦੋਲਨ ਲਈ ਤਿਆਰ ਕਿਸਾਨ ਜਥੇਬੰਦੀਆਂ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਪਹਿਲਾਂ ਜੇਲ੍ਹ ਪਰ ਅੰਦੋਲਨ ਚੱਲਿਆ ਵੱਖ-ਵੱਖ ਧਰਨੇ ਦਿੱਤੇ ਗਏ ਪਰ ਮੋਦੀ ਸਰਕਾਰ ਦੇ ਕੰਨ ਤੇ ਹਜੇ ਤੱਕ ਜੂਣੀ ਸਰਕੀ ਉਹਨਾਂ ਨੇ ਜਿਹੜੇ ਆਰਡੀਨੈਂਸ ਸੀ ਉਹਨਾਂ ਨੂੰ ਬਿੱਲ ਦਾ ਰੂਪ ਦੇ ਕੇ ਲੋਕ ਸਭਾ ਚ ਪਾਸ ਵੀ ਕਰਵਾ ਲਿਆ ਤੇ ਹੁਣ ਉਹ ਰਾਜ ਸਭਾ ਤੇ ਇਸ ਤੋਂ ਬਾਅਦ ਉਹ ਕਾਨੂੰਨ ਬਣਦੀ ਤਿਆਰੀ ਜੇਕਰ ਇਹ ਕਾਨੂੰਨ ਬਣ ਜਾਂਦਾ ਹੈ ਤੇ ਜਿੱਥੇ ਬੰਦਿਆਂ ਦਾ ਅਗਲਾ ਜਿਹੜਾ ਸੰਘਰਸ਼ ਹੋ ਕੀ ਹੋਵੇਗਾ ਵੇਖੋ ਜਦੋਂ ਲੋਕ ਰੋ ਉੱਠ ਖੜੇ ਜਿਸ ਤਰ੍ਹਾਂ ਦਿਨ-ਵਿਦਨ ਹਰ ਕਿਸਮ ਦਾ ਕਿਸਾਨ ਦੇ ਨਾਲ ਹਰ ਵਰਗ ਖੜਾ ਹੋ ਰਿਹਾ ਅੱਜ ਤਾਂ ਬਣੇ ਕਾਨੂੰਨ ਵੀ ਭੰਗ ਕਰਾਉਣ ਦੀ ਸਮਰੱਥਾ ਰੱਖਦੇ ਆ ਲੋਕ ਅੱਜ ਜਿਸ ਤਰ੍ਹਾਂ ਕਿਸਾਨ ਦੇ ਨਾਲ ਵੱਡੇ ਪੱਧਰ ਦੇ ਉੱਤੇ ਹਰ ਵਰਗ ਦੇ ਲੋਕ ਆ ਰਹੇ ਆ ਸਾਡੀ ਨੌਜਵਾਨੀ ਆ ਰਹੀ ਹੈ ਤਾਂ ਅਸੀਂ ਤਾਂ ਮਰ ਮਿਟਣ ਤੱਕ ਲਈ ਤਿਆਰ ਆਂ ਜਦੋਂ ਤੱਕ ਕਾਨੂੰਨ ਖਤਮ ਨਹੀਂ ਹੁੰਦਾ ਅਸੀਂ ਮਰ ਮਿਟ ਜਾਵਾਂਗੇ ਪਰ ਇਹ ਕਾਨੂੰਨ ਨੂੰ ਪਾਸ ਨਹੀਂ ਹੋਣ ਦੇਵਾਂਗੇ ਅਸੀਂ ਜੇਕਰ ਇਹ ਜਿਹਨੇ ਤੈਨਾਂ ਕਾਨੂੰਨ ਪਾਸ ਹੋ ਜਾਂਦੇ ਆ ਜਿਸ ਤਰ੍ਹਾਂ ਇੱਕ ਦੇਸ਼ ਇੱਕ ਮੰਡੀ ਕਿਹਾ ਜਾ ਰਿਹਾ ਇੱਕ ਕੰਟਰੈਕਟਿੰਗ ਫਾਰਮਿੰਗ ਨੂੰ ਲੈ ਕੇ ਆ ਤੀਜਾ ਜਿਹੜਾ ਅਨਾਜ ਦੇ ਭੰਡਾਰਨ ਨੂੰ ਖੋਲ ਦਿੱਤੀ ਗਈ ਹੈ ਜੇਕਰ ਤਿੰਨੇ ਕਾਨੂੰਨ ਪਾਸ ਹੁੰਦੇ ਆ ਤਾਂ ਖੇਤੀ ਦੇ ਨਾਲ ਨਾਲ ਹੋਰ ਕਿਹੜੇ-ਕਿਹੜੇ ਵਰਗੇ ਤੋਂ ਪ੍ਰਭਾਵਿਤ ਹੋਣਗੇ ਮੈਂ ਕਹਿੰਦਾ ਜੀ ਜੇ ਤਿੰਨੇ ਆਰਡੀਨੈਂਸ ਇਹ ਲਾਗੂ ਹੁੰਦੇ ਆ ਤਾਂ ਕੋਈ ਵਰਗ ਐਸਾ ਹੈ ਹੀ ਨਹੀਂ ਜਿਹੜਾ ਪ੍ਰਭਾਵਿਤ ਨਾ ਹੋਊਗਾ ਵੇਖੋ ਮੈਂ ਥੋੜਾ ਡਿਟੇਲ ਦੇ ਵਿੱਚ ਦੱਸੇਵਾਂ ਆ ਮੰਡੀ ਹੈ ਭਾਰਤ ਸਰਕਾਰ ਦੀ ਪੰਜਾਬ ਸਰਕਾਰ ਦੀ ਮੰਡੀ ਹੈ ਜਦੋਂ ਇੱਥੋਂ ਬਾਹਰ ਹੋ ਕੇ ਫਸਲਾਂ ਵਿਕਣਗੀਆਂ ਸਾਡੀਆਂ ਤੇ ਸਾਡਾ ਮੰਡੀ ਬੋਰਡ ਖਤਮ ਹੋਊਗਾ ਅੱਜ ਮੰਡੀ ਬੋਰਡ ਦੇ ਵਿੱਚ ਪਾੜੇ ਪਤਾ ਨਹੀਂ ਕਿੰਨੇ ਨੌਜਵਾਨ ਭਰਾ ਬਜ਼ੁਰਗ ਮਾਤਾਵਾਂ ਭੈਣਾਂ ਜਿਹੜੀਆਂ ਇਸ ਮਹਿਕਮੇ ਵਿੱਚ ਜੌਬ ਕਰਦੀਆਂ ਸਰਕਾਰ ਉਹਨਾਂ ਦੇ ਲੱਤ ਮਾਰੂਗੀ ਇਸ ਮੰਡੀ ਦੀ ਫੜ ਦੇ ਵਿੱਚ ਮਜ਼ਦੂਰ ਭਰਾ ਪਤਾ ਨਹੀਂ ਕਿੰਨੇ ਪਰਿਵਾਰ ਸਾਲ ਦੇ ਵਿੱਚ 6 ਮਹੀਨੇ ਇੱਥੋਂ ਪੜਦੇ ਆ ਸਾਡਾ ਕਿਸਾਨ ਮਜ਼ਦੂਰ ਦਾ ਆਪਸੀ ਭਾਈਚਾਰਾ ਹੈ ਉਹਨਾਂ ਨੇ ਜਦੋਂ ਕਿਸਾਨ ਫਸਲ ਵੇਚੇ ਇਹਦਾ ਤੁਲਦੀ ਆ ਫਸਲ ਉਸ ਵਕਤ ਕਿਸੇ ਤੋਂ 5 ਸੇਰ ਕਿਸੇ ਤੋਂ 10 ਸੇਰ ਦਾਣੇ ਭਾਈਚਾਰਕ ਤੌਰ ਤੇ ਲੈਣੇ ਹੋਰ ਵੀ ਜਿਹੜੀ ਕਮਾਈ ਮਜ਼ਦੂਰੀ ਉਹਨਾਂ ਨੂੰ ਮਿਲਣੀ ਹੈ ਹਰ ਵਰਗ ਦੇ ਤਰ੍ਹਾਂ ਉਹ ਮਜ਼ਦੂਰ ਵੀ ਇੱਥੋਂ ਬੇਸਹਾਰਾ ਹੋਊਗਾ ਫਿਰ ਐਫਸੀਆਈ ਵਰਗੀਆਂ ਏਜੰਸੀਆਂ ਜਿਨ੍ਹਾਂ ਦੇ ਵਿੱਚ ਸਾਡੇ ਮੁਲਾਜ਼ਮ ਭਰਾ ਕੰਮ ਕਰਦੇ ਆ ਉਹਨਾਂ ਨੂੰ ਇਹਨਾਂ ਨੇ ਨੌਕਰੀ ਤੋਂ ੱੱਕੇ ਮਾਰ ਕੇ ਕਢਨੇ ਫਿਰ ਜਿਹੜਾ ਸਟਾਕ ਕਰਨ ਦੀ ਗੱਲ ਆ ਜਾਂਦੀ ਜਿੱਥੇ ਉਹ ਆਊਗਾ ਤਾਂ ਉੱਥੇ ਜਿਹੜੇ ਸਾਡੇ ਖਪਤਕਾਰ ਲੋਕ ਹੈ ਜਿਹੜੇ ਅਨਾਜ ਫਲ ਸਬਜ਼ੀਆਂ ਦੁੱਧ ਵਗੈਰਾ ਮੁੱਲ ਲੈ ਕੇ ਪੀਣ ਵਾਲੇ ਹਨ ਉਹਨਾਂ ਦੇ ਉੱਤੇ ਫਿਰ ਇਹਨਾਂ ਲੋਕਾਂ ਨੇ ਸਾਡੀਆਂ ਫਸਲਾਂ ਨੂੰ ਮਿੱਟੀ ਦੇ ਭਾਅ ਖਰੀਦ ਕੇ ਔਰ ਉਹਨਾਂ ਦਾ ਜਿਵੇਂ ਪਿਆਜ਼ ਦੀ ਤਰ੍ਹਾਂ ਹੋ ਰਿਹਾ ਹੈ ਨਾ 2.5 ਰੁਪਏ ਕਿਸਾਨ ਤੋਂ ਪਿਆਜ਼ ਖਰੀਦਿਆ ਜਾਂਦਾ ਤੇ ਬਾਅਦ 100 ਰੁਪਏ ਦੇ ਵਿੱਚ ਕਿਵੇਂ ਵੇਚਿਆ ਜਾ ਰਿਹਾ ਹੈ ਹਰ ਤਰ੍ਹਾਂ ਦੀ ਸਾਡੀ ਉਪਜ ਇਹਨਾਂ ਨੇ ਮਿੱਟੀ ਦੇ ਭਾਅ ਖਰੀਦ ਕੇ ਉਹਨੂੰ ਸਟਾਕ ਕਰਕੇ ਨਕਲੀ ਜਮ੍ਹਾਂ ਖੋਰੀ ਕਰਕੇ ਨਕਲੀ ਘਾਟ ਬਣਾ ਕੇ ਫਿਰ ਉਸ ਪੈਦਾਵਾਰ ਨੂੰ ਅਨਾਜ ਜੋ ਵੀ ਖਪਤਕਾਰ ਨੇ ਖਰੀਦਣਾ ਉਹਨੂੰ ਬੜੇ ਮਹਿੰਗੇ ਭਾਅਾਂ ਤੇ ਦੇਣਾ ਕਹਿਣ ਦਾ ਭਾਅ ਹਰ ਵਰਗ ਇਸ ਆਰਡੀਨੈਂਸ ਤੋਂ ਪੀੜਤ ਹੋਊਗਾ ਮਰੂ ਕੱਲ ਕੱਲ ਪ੍ਰਧਾਨ ਮੰਤਰੀ ਮੋਦੀ ਦੇਸ਼ ਦੇ ਕਿਸਾਨਾਂ ਦੇ ਨਾਲ ਸੰਬੋਧਨ ਹੋਏ ਉਹਨਾਂ ਨੇ ਕਿਸਾਨਾਂ ਨੂੰ ਦੱਸਿਆ ਕਿ ਜਿਹੜੀਆਂ ਵਿਰੋਧੀ ਤੇ ਰਹੇ ਤੁਹਾਨੂੰ ਭੜਕਾ ਰਹੀਆਂ ਇਹ ਆਰਡੀਨੈਂਸ ਬਹੁਤ ਫਾਇਦੇ ਲੈ ਕੇ ਆਉਣਾ ਹੈ ਵਿਚੋਲਗੀ ਖਤਮ ਹੋਊਗੀ ਤੁਹਾਨੂੰ ਸਿੱਧੀਆਂ ਤੁਸੀਂ ਜਨਸਾ ਵੇਚ ਸਕੋਗੇ ਬਾਹਰਲੀਆਂ ਮੰਡੀਆਂ ਦੇ ਵਿੱਚ ਜਾ ਕੇ ਤੁਸੀਂ ਆਪਣੀ ਫਸਲ ਵੇਚ ਸਕੋਗੇ ਇੱਥੇ ਤੁਹਾਨੂੰ ਘੱਟ ਮੁੱਲ ਮਿਲਦਾ ਤੁਸੀਂ ਦੂਜੇ ਸੂਬੇ ਚ ਵੀ ਉਹਨਾਂ ਵੱਲੋਂ ਫਾਇਦੇ ਗਿਣਾਇ ਜਾ ਰਹੇ ਆ ਤੁਸੀਂ ਕਹਿ ਰਹੇ ਹੋ ਵਿਰੋਧੀ ਇਹ ਕਿਸ ਤਰੀਕੇ ਨਾਲ ਪ੍ਰਧਾਨ ਮੰਤਰੀ ਜੀ ਗਰਾਊਂਡ ਤੇ ਆ ਕੇ ਦੇਖਣ ਹਾਲਾਤ ਇੱਕ ਬੈਠਿਆ ਨੇ ਪ੍ਰੈਸ ਦੇ ਮੂਹਰੇ ਬਿਆਨ ਦੇਣਾ ਅੱਜ ਕਿਸਾਨ ਦੀ ਹਾਲਾਤ ਪ੍ਰਧਾਨ ਮੰਤਰੀ ਜੀ ਨੂੰ ਮੈਂ ਦੱਸ ਦੇਣਾ ਚਾਹਣਾ ਹੈ ਕਿਸਾਨ ਦੀ ਹਾਲਾਤ ਕੀ ਹੈ ਨਾ ਆ ਮੰਡੀ ਦੇ ਵਿੱਚ 10 ਦੁਕਾਨਾਂ ਆੜਤੀਆਂ ਦੀਆਂ ਲੱਗਦੀਆਂ ਤੇ ਕਿਸਾਨ ਨੇ ਜਿਹੜੀ ਦੁਕਾਨ ਤੇ ਫਸਲ ਵੇਚਣੀ ਉਹਦੀ ਯੁਰਤ ਇੰਨੀ ਨਹੀਂ ਵੀ ਉੱਥੋਂ ਚੱਕ ਕੇ ਦੂਜੀ ਦੁਕਾਨ ਤੇ ਵੇਚ ਦੋ ਇਹ ਆਂਦੇ ਬੰਗਾਲ ਦੇ ਵਿੱਚ ਇਹ ਆਂਦੇ ਜਾ ਕੇ ਮਹਾਰਾਸ਼ਟਰ ਦੇ ਵਿੱਚ ਦਿੱਲੀ ਦੇ ਵਿੱਚ ਬੰਬੇ ਚ ਕਿਸਾਨ ਫਸਲ ਵੇਚੂਗਾ ਕਿਸਾਨ ਦੀ ਹਾਲਾਤ ਇਹ ਇੱਕ ਦੁਕਾਨ ਤੋਂ ਚੱਕ ਦੂਜੀ ਦੁਕਾਨ ਤੇ ਨਹੀਂ ਵੇਚ ਸਕਦਾ ਇਹ ਇੱਕ ਫਰਾਡ ਰਚਿਆ ਜਾ ਰਿਹਾ ਹੈ ਜਿਹੜੀ ਇਹ ਗੱਲ ਕਹਿੰਦੇ ਵੀ ਇਹ ਇਹ ਲਾਹੇਵੰਦ ਹੋਊਗਾ ਕਿਸਾਨ ਵਾਸਤੇ ਕੱਖ ਨਹੀਂ ਉਹਦੇ ਵਿੱਚ ਕੀ ਆਰਡੀਨੈਂਸ ਦੇ ਵਿੱਚ ਦੈਰ ਹੈ ਕਿ ਕਿਸਾਨ ਕੋਰਟ ਦੇ ਵਿੱਚ ਨਹੀਂ ਜਾ ਸਕੂਗਾ ਇਸ ਤੋਂ ਵੱਡਾ ਫਰੌਡ ਕਿਸਾਨ ਦੇ ਨਾਲ ਹੋਰ ਕੀ ਹੈ ਇਸ ਤੋਂ ਵੱਡਾ ਧੱਕਾ ਹੋਰ ਕੀ ਹੈ ਅੱਜ ਅਸੀਂ ਫਸਲ ਵੇਚਦੇ ਹਾਂ ਜੋ ਕੋਈ ਆੜਤੀਆ ਸਾਡੀ ਫਸਲ ਦੀ ਪੇਮੈਂਟ ਨਾਪ ਜਾਂਦਾ ਸਾਨੂੰ ਸਰਕਾਰੀ ਡਾਕੂਮੈਂਟ ਸਾਡੇ ਕੋਲ ਜੇ ਫਾਰਮ ਹੈ ਉਹਦੇ ਆਧਾਰ ਤੇ ਅਸੀਂ ਕੋਰਟ ਦੇ ਵਿੱਚ ਪੇਸ਼ ਹੋ ਜਾਈਏ ਨੇ ਅਸੀਂ ਸਮੇਤ ਵਿਆਜ ਪੇਮੈਂਟ ਲੈਣ ਦੇ ਪਾਬੰਦ ਹਾਂ ਔਰ ਜਦੋਂ ਅਸੀਂ ਇਸ ਸਰਕਾਰੀ ਆਧਾਰੇ ਤੋਂ ਬਾਹਰ ਹੋ ਕੇ ਫਸਲ ਵੇਚੀ ਸਾਡੇ ਕੋਲ ਕੋਈ ਡਾਕੂਮੈਂਟ ਹੀ ਨਾ ਹੋਇਆ ਸਾਡੀਆਂ ਪੇਮੈਂਟਾਂ ਨੱਪੀਆਂ ਜਾਣਗੀਆਂ ਤਾਂ ਸਾਨੂੰ ਕੋ ਇਹ ਆਰਡੀਨੈਂਸ ਅ ਦੇ ਵਿੱਚ ਇਹ ਪਹਿਲਾਂ ਕਰ ਦਿੱਤਾ ਗਿਆ ਵੀ ਕੋਰਟ ਦੇ ਵਿੱਚ ਕਿਸਾਨ ਜਾ ਨਹੀਂ ਸਕਦਾ ਤਾਂ ਇਹ ਕਿੱਥੋਂ ਦਾ ਇਹ ਮਤਲਬ ਕੀ ਹੈ ਕਿਸ ਸਾਹ ਉਹ ਨਾ ਕਹਿ ਰਹੇ ਵੀ ਇਹ ਕਿਸਾਨ ਦੇ ਹੱਕ ਦੇ ਵਿੱਚ ਕਿਸਾਨ ਵਿਰੋਧੀ ਹੈ ਇੱਕ ਮੋਦੀ ਸਾਹਿਬ ਫਰੋਡ ਰਚ ਰਹੇ ਹੈ ਲੋਕਾਂ ਦੇ ਨਾਲ ਕਿਸਾਨਾਂ ਦੇ ਰੋਦੇ ਚੱਲਦਿਆਂ ਬੀਬਾ ਹਰਸਿਮਰਤ ਕੌਰ ਬਾਦਲ ਨੇ ਆਪਣੀ ਵਜ਼ਾਰਤ ਤੋਂ ਅਸਤੀਫਾ ਦਿੱਤਾ ਹੈ ਤੇ ਸ਼ਰਮਣੀ ਅਕਾਲੀ ਦਲ ਵੱਲੋਂ ਇਸ ਨੂੰ ਸਭ ਤੋਂ ਵੱਡੀ ਕੁਰਬਾਨੀ ਕਿਹਾ ਜਾ ਰਿਹਾ ਹੈ ਤੁਸੀਂ ਉਹਨਾਂ ਦੇ ਅਸਤੀਫੇ ਨੂੰ ਕਿਸ ਤਰੀਕੇ ਨਾਲ ਦੇਖਦੇ ਹੋ ਕੁਰਬਾਨੀਆਂ ਉਹ ਨੇ ਜੋ ਕਿਸਾਨ ਸਲਫਾਸ ਦੀਆਂ ਗੋਲੀਆਂ ਖਾ ਕੇ ਮਰ ਰਹੇ ਹੈ ਪਰਸੋ ਬਾਦਲਪਿੰਡ ਬੀਬਾ ਬਾਦਲ ਦੇ ਬਾਰਮੂਰੇ ਕਿਸਾਨ ਸਲਫਾਸ ਦੀਆਂ ਗੋਲੀਆਂ ਖਾ ਕੇ ਮਰ ਗਿਆ ਉਹ ਕੁਰਬਾਨੀਆਂ ਐ ਇਹ ਕੁਰਬਾਨੀਆਂ ਨਹੀਂ ਬੀਬਾ ਬਾਦਲ ਦਾ ਸਹੁਰਾ 10 ਦਿਨ ਪਹਿਲਾਂ ਤਾਂ ਬਿਆਨ ਦੇ ਕੇ ਹਟਿਆ ਵੀ ਇਹ ਆਰਡੀਨੈਂਸ ਕਿਸਾਨਾਂ ਦੇ ਹੱਕ ਦੇ ਵਿੱਚ ਐ ਇਹ ਤਾਂ ਛੇਤਰਾਂ ਤੋਂ ਡਰਦਿਆਂ ਨਸਤੀਫਾ ਦਿੱਤਾ ਖੇਤਾਂ ਤੋਂ ਡਰਦੇ ਨਹੀਂ ਦਿੱਤਾ ਨਾ ਕਿ ਕੋਈ ਕਿਸਾਨੀ ਦੇ ਹੱਕ 'ਚ ਜਾਂ ਕਿਸਾਨੀ ਦਾ ਕੋਈ ਦਰਦ ਹੈ ਇਹਨਾਂ ਨੂੰ ਇਹ ਤਾਂ ਅਜੇ ਪੰਜਾਬ ਦੀ ਕਿਸਾਨੀ ਸਾਰੀ ਸੜਕਾਂ ਦੇ ਉੱਤੇ ਆਉਂ ਰਹਾਂ ਸਾਡਾ ਵੀ ਜੇ ਅੱਜਕਰ ਤੁਸੀਂ ਸਾਡੇ ਹੱਕ 'ਚ ਨਹੀਂ ਨਾ ਖੜਦੇ ਕੱਲ ਨੂੰ ਪਿੰਡਾਂ 'ਚ ਨਹੀਂ ਅਸੀਂ ਵੜਨ ਦੇਵਾਂਗੇ ਇਹ ਤਾਂ ਤਾਂ ਡਰਦੇ ਆ ਨੇ ਫਰਾਉਡ ਰਚਿਆਗਾ ਇਹ ਕੋਈ ਕੁਰਬਾਨੀ ਵਾਲੀ ਕੋਈ ਗੱਲ ਨਹੀਂ ਹੈਗੀ ਹੈਗਾ ਇਹ ਤਾਂ ਅੱਜ ਬੀਬਾ ਬਾਦਲ ਦੀ ਰੇਸ਼ਤੇ ਪੈਰ ਵੱਜਾ ਤੇ ਕੱਲ ਨੂੰ ਜਿੱਦੇ ਪੰਜਾਬ ਦਾ ਕੈਪਟਨ ਦੀ ਰੇਸ਼ਤੇ ਹੀ ਵੱਜਣਾ ਹੈਗਾ ਤੁਮੀ ਦੱਸ ਕਿਵੇਂ ਕਰਨੀ ਹੈ ਕਿਉਂਕਿ 6 ਸਟੇਟਾਂ ਦੇ ਮੁੱਖ ਮੰਤਰੀਆਂ ਦੇ ਵਿੱਚ ਮੀਟਿੰਗ ਦੇ ਵਿੱਚ ਇਹ ਵੀ ਪਾਸ ਕਰਵਾ ਕੇ ਆਇਆ ਹੈ ਇਹਨਾਂ ਆਰਡੀਨੈਂਸਾਂ ਨੂੰ ਲੈ ਕੇ ਇਹ ਸਾਰੇ ਇੱਕ ਟਕਵੰਜਰ ਰਾਜਨੀਤੀ ਦੇ ਰਚੇ ਜਾ ਰਹੇ ਹਨ ਇਹਨਾਂ ਨੂੰ ਅਸੀਂ ਪਾਸ ਨਹੀਂ ਹੋਣ ਦੇਵਾਂਗੇ ਕੈਪਟਨ ਸਾਬ ਵੱਲੋਂ ਕਿਹਾ ਜਾ ਰਿਹਾ ਹੈ ਕਿ ਤੁਸੀਂ ਮੈਂ ਕਿਸਾਨਾਂ ਦੇ ਨਾਲ ਆ ਤੁਸੀਂ ਪੰਜਾਬ ਵਿੱਚ ਅੰਦੋਲਨ ਛੱਡੋ ਤੁਸੀਂ ਦਿੱਲੀ ਚੱਲੋ ਦਿੱਲੀ ਜਾ ਕੇ ਅੰਦੋਲਨ ਕਰੋ ਮੈਂ ਤੁਹਾਡਾ ਸਾਥ ਦੇਵਾਂਗਾ ਫਿਰ ਤੁਸੀਂ ਦਿੱਲੀ ਜਾ ਕੇ ਅੰਦੋਲਨ ਕਿਉਂ ਨਹੀਂ ਕਰਦੇ ਕੈਪਟਨ ਸਾਹਿਬ ਨੂੰ ਮੈਂ ਉਹੀ ਵਾਰ ਰਿਹਾ ਦੁਹਰਾਉਣਾ ਚਾਹੁੰਦੇ ਆ ਵੀ ਪੰਜਾਬ ਦੇਸ਼ ਦਾ ਖੇਤੀਬਾੜੀ ਮੰਤਰੀ ਪਾਰਲੀਮੈਂਟ ਦੇ ਵਿੱਚ ਬਿਆਨ ਦੇ ਰਿਹਾ ਹੈ ਕਿ ਆਰਡੀਨੈਂਸ ਲਾਗੂ ਹੋਣ ਵੇਲੇ ਪੰਜ ਛੇ ਸਟੇਟਾਂ ਦੇ ਮੁੱਖ ਮੰਤਰੀ ਸੀ ਜਿਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਵੀ ਸੀਗਾ ਅੱਜ ਜੇ ਪੰਜਾਬ ਦੇ ਵਿੱਚ ਅੰਦੋਲਨ ਅਸੀਂ ਕਰ ਰਹੇ ਤੈਨੂੰ ਕਿਉਂ ਸੇਕ ਲੱਗ ਰਿਹਾ ਹੈ ਤੇ ਤੂੰ ਪੰਜਾਬ ਦੇ ਵਿੱਚ ਨਹੀਂ ਸਾਡੀ ਮਦਦ ਕਰ ਸਕਦਾ ਪੰਜਾਬ ਦੇ ਵਿੱਚ ਘਰ ਕਿਸਾਨਾਂ ਦੇ ਪਰਚੇ ਦਾ ਦਰਜ ਕਰ ਰਹੇ ਕੇਸ ਦਰਜ ਕਰ ਰਹੇ ਹੈ ਕਿਉਂ ਕਰ ਰਹੇ ਹੈ ਤਾਂ ਇਹ ਸਾਰਾ ਜਿਹੜਾ ਹੈਗਾ ਪੰਜਾਬ ਦੇ ਵਿੱਚ ਕਿਹ ਅੰਦੋਲਨ ਨਹੀਂ ਹੋਣਾ ਦਿੱਲੀ ਨੂੰ ਵੀ ਜਾਵਾਂਗੇ ਕਿਉਂਕਿ ਜਦੋਂ ਕਿਸਾਨ ਜਥੇਬੰਦੀਆਂ ਇਕੱਠੀਆਂ ਹੋ ਗਈਆਂ ਨਾ ਦਿੱਲੀ ਬਖਸ਼ਾਂਗੇ ਜਾਂ ਪੰਜਾਬ ਬਖਸ਼ਾਂਗੇ ਹਰ ਤਰ੍ਹਾਂ ਦੇ ਅੰਦੋਲਨ ਲੜਾਂਗੇ ਪੰਜਾਬ ਚ ਵੀ ਲੜਾਂਗੇ ਦਿੱਲੀ ਚ ਵੀ ਲੜਾਂਗੇ ਕਰੋਨਾ ਮਹਾਮਾਰੀ ਦਾ ਦੌਰ ਚੱਲ ਰਿਹਾ ਹੈ ਸਰਕਾਰ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਕੱਠਾ ਨਾ ਕਰੋ ਇਹਦੇ ਨਾਲ ਸੋਸ਼ਲ ਡਿਸਟੈਂਸਿੰਗ ਖਤਮ ਹੁੰਦੀ ਹੈ ਤੇ ਕਰੋਨਾ ਫੈਲਦਾ ਹੈ ਤੇ ਕਿਸਾਨਾਂ ਵੱਲੋਂ ਜਗਾ ਜਗਾ ਤੇ ਧਰਨੇ ਅੱਜ ਵੀ ਤੁਹਾਡੇ ਪਿੰਡ ਦੇ ਵਿੱਚ ਇਕੱਠ ਹੈ ਕੀ ਤੁਹਾਨੂੰ ਇਹ ਨਹੀਂ ਲੱਗਦਾ ਕਿ ਕਰੋਨਾ ਮਹਾਮਾਰੀ ਦਾ ਕਹਿਰ ਵਧੇਗਾ ਜਿੱਥੋਂ ਤੱਕ ਤੁਹਾਡਾ ਸਵਾਲ ਕਰੋਨਾ ਮਹਾਮਾਰੀ ਦਾ ਨਾ ਅਸੀਂ ਸਰਕਾਰ ਦਾ ਪੂਰੇ ਦਾ ਪੂਰਾ ਸਮਰਥਨ ਕੀਤਾ ਇਸ ਵਿਸ਼ੇ ਤੇ ਅਸੀਂ ਝੋਨੇ ਦੀ ਫਸਲ ਸਾਡੀ ਸਿਰ ਤੇ ਸੀ ਜਦੋਂ ਬਜਾਈ ਕਰਨੀ ਸੀ ਤੇ ਕਰੋਨਾ ਮਹਾਮਾਰੀ ਦਾ ਪ੍ਰਭਾਵ ਸੀ ਜਦੋਂ ਬਿਹਾਰ ਤੋਂ ਮਜ਼ਦੂਰ ਨਹੀਂ ਸੀ ਆ ਰਿਹਾ ਸਾਡੀਆਂ ਵੀਡੀਓ ਤੁਸੀਂ ਫੇਸਬੁੱਕ ਤੇ ਦੇਖ ਸਕਦੇ ਅਸੀਂ ਆਪ ਝੋਨੇ ਲਾਏ ਆ ਖੇਤਾਂ ਦੇ ਵਿੱਚ ਸਿੱਧੀਆਂ ਬਜਾਈਆਂ ਕੀਤੀਆਂ ਬੇਸ਼ੱਕ ਸਾਡੇ ਦਸ ਮਣ ਘਟ ਜਾਣ ਔਰ ਕਣਕ ਦੀ ਫਸਲ ਜਿਹੜੀ ਵੇਚਣੀ ਸੀ ਮੰਡੀਆਂ ਚ ਅਸੀਂ 10 ਦਿਨ ਚ ਵੇਚ ਦਿੰਨੇ ਆ 2 2.5 ਮਹੀਨੇ ਚ ਫਸਲ ਵੇਚੀ ਆ ਅਸੀਂ ਸਰਕਾਰ ਦਾ ਇਸ ਪੱਖੋਂ ਹਰ ਤਰ੍ਹਾਂ ਦਾ ਸਮਰਥਨ ਕੀਤਾ ਪਰ ਹੁਣ ਜਦੋਂ ਸਰਕਾਰ ਹਟੂਗੀ ਨਾ ਲੋਕਾਂ ਨੂੰ ਅੰਦਰਵਾੜ ਕੇ ਲੋਕਾਂ ਦੇ ਮੂੰਹ ਵੱਨ ਕੇ ਲਾਹਾ ਲੈਣਾ ਚਾਹੂਗੀ ਵੀ ਇਹ ਲੋਕਾਂ ਨੂੰ ਜ਼ਮੀਨਾਂ ਤੋਂ ਬਾਹਰ ਕਰ ਦਈਏ ਤਾਂ ਫੇਰ ਕੋਰੋਨਾ ਨਾਲ ਵੀ ਮਰਨਾ ਹੈ ਤੇ ਇੱਧਰ ਤਾਂ ਮਰਨਾ ਮਰਨਾ ਹੈਗਾ ਫੇਰ ਇੱਧਰ ਮਰ ਜਾਗੇ ਠੀਕ ਹੈ ਕੈਪਟਨ ਅਮਰਿੰਦਰ ਸਿੰਘ ਵੀ ਕਹਿ ਰਹੇ ਆ ਕਿ ਮੈਂ ਕਿਸਾਨ ਹਤੈਸ਼ੀ ਆਂ ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਵੀ ਕਹਿ ਰਹੇ ਆ ਮੈਂ ਕਿਸਾਨ ਹਤਾਸ਼ੀ ਆ ਤੇ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਵੀ ਕਹਿ ਰਹੇ ਆ ਕਿ ਮੈਂ ਕਿਸਾਨ ਹਦੈਸ਼ੀ ਆ ਕੀ ਤੁਹਾਨੂੰ ਲੱਗਦਾ ਕਿ ਇਹ ਪੋਲਿਟੀਕਲ ਪਾਰਟੀਆਂ ਵਾਕਈ ਕਿਸਾਨ ਹਤਾਸ਼ੀ ਆ ਜਾਂ ਇਹ ਕਿਸਾਨੀ ਆਰਡੀਨੈਂਸਾਂ ਚੋਂ 2022 ਦੀ ਜ਼ਮੀਨ ਤਲਾਸ਼ ਰਹੀਆਂ ਬਿਲਕੁਲ ਇਹ 2022 ਨੂੰ ਲੈ ਕੇ ਆਉਣ ਵਾਲੀਆਂ ਇਲੈਕਸ਼ਨਾਂ ਦੇ ਵਿੱਚ ਲੋਕਾਂ ਦੇ ਹੀਰੋ ਬਣਨਾ ਜਾਂ ਆਪੋ ਆਪਣੀ ਸਿਆਸਤ ਚ ਚਮਕਾਉਣਾ ਇਸ ਤੋਂ ਸਿਵਾਏ ਕੁਝ ਨਹੀਂ ਹੈਗਾ ਜੇਕਰ ਇਹਨਾਂ ਨੂੰ ਕਿ ਕਿਸਾਨੀ ਦੇ ਨਾਲ ਮਤਲਬ ਕਿ ਵੀ ਕੋਈ ਹਮਦਰਦੀ ਹੈਗੀ ਹੈ ਤਾਂ ਇਹਨਾਂ ਨੂੰ ਅਸਤੀਫੇ ਦੇ ਦੇਣੇ ਚਾਹੀਦੇ ਆਪੋ ਆਪਣੀਆਂ ਪੋਸਟਾਂ ਤੋਂ ਤੇ ਲੋਕਾਂ ਦੇ ਨਾਲ ਕਿਸਾਨੀ ਦੇ ਨਾਲ ਜਿਸ ਤਰ੍ਹਾਂ ਅਸੀਂ ਮਜਾਰੇ ਕਰਦੇ ਆ ਰੋਡ ਜਾਮ ਹੋਣੇ ਤੇ ਲੋਕਾਂ ਦੇ ਨਾਲ ਆ ਕੇ ਬੈਠ ਜਾਣਾ ਚਾਹੀਦਾ ਫਿਰ ਮੰਨਾਂਗੇ ਅਸੀਂ ਉਹਨਾਂ ਚਿਰ ਨਹੀਂ ਹੈ ਉਹਨਾਂ ਚਿਰ ਤਾਂ ਇਹ ਰਾਜਨੀਤਿਕ ਕਸਟੰਟ ਹੈ ਇਹਨਾਂ ਦਾ 25 ਤਰੀਕ ਨੂੰ ਸਮੂਹ ਕਿਸਾਨ ਜਥੇਬੰਦੀਆਂ ਵੱਲੋਂ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਹੈ ਪੰਜਾਬ ਬੰਦੇ ਸੱਦੇ ਤੋਂ ਬਾਅਦ ਵੀ ਜੇਕਰ ਮੋਦੀ ਸਰਕਾਰ ਨਹੀਂ ਚੁੱਕਦੀ ਤਾਂ ਅਗਲਾ ਕਦਮ ਕੀ ਹੋਵੇਗਾ ਬਿਲਕੁਲ ਜੋ ਵੀ ਸਾਡਾ ਪਲੇਟਫਾਰਮ ਬਣਿਆ 31 ਕਿਸਾਨ ਜਥੇਬੰਦੀਆਂ ਦਾ ਜੇਕਰ 25 ਤਰੀਕ ਤੋਂ ਬਾਅਦ ਵੀ ਮੋਦੀ ਸਰਕਾਰ ਨਹੀਂ ਚੱਕਦੀ ਤਾਂ ਜਿਹੇ ਜੋ ਵੀ ਪ੍ਰੋਗਰਾਮ ਆਊਗਾ ਮੈਂ ਪਹਿਲਾਂ ਦੱਸਦਾ ਵੀ ਮਰਨ ਮਿਟਣ ਤੱਕ ਪਿੱਛੇ ਨਹੀਂ ਹਟਾਂਗੇ ਜਾਨਾਂ ਚੱਲੀਆਂ ਜਾਣਗੀਆਂ ਇੱਥੇ ਖੂਨ ਦੀ ਹੌਲੀ ਖੇਢੀ ਜਾਊਗੀ ਤਾਂ ਵੀ ਕੋਈ ਗੱਲ ਨਹੀਂ ਹਰ ਤਰ੍ਹਾਂ ਦਾ ਅंदोलਨ ਲੜਾਂਗੇ ਜਿਹੇ ਜਾਂ ਵੀ ਆਇਆ ਜਿੰਨਾ ਤੱਕ ਸਰਕਾਰ ਝੁਕਦੀ ਨਹੀਂ ਇਹਨਾਂ ਆਰਡੀਨੈਂਸਾਂ ਨੂੰ ਵਾਪਸ ਨਹੀਂ ਲੈਂਦੀ ਅਖੀਰ ਗੱਲ ਮਕਾਓ ਪੰਜਾਬ ਦੀ ਜਾਂ ਦੇਸ਼ ਦੀ ਜ਼ਮੀਨ ਦੇ ਉੱਤੇ ਕਾਰਪੋਰੇਟ ਘਰਾਣੇ ਸਾਡੇ ਮਰੇ ਪਿਆਂ ਦੀ ਹੱਕ ਤੇ ਪੈਰ ਰੱਖ ਕੇ ਤਾਂ ਨੰਗ ਜਾਣਗੇ ਜਾਂਦੇ ਨੰਗਣ ਦੇ ਆਸੀਂ ਦੇਖਦੇ ਆ ਤੁਸੀਂ ਪਿਛਲੇ ਲੰਮੇ ਸਮੇਂ ਤੋਂ ਸੰਘਰਸ਼ਾਂ ਦੇ ਵਿੱਚ ਲੱਗੇ ਹੋਏ ਹੋ ਕਸਾਨੀ ਨੂੰ ਲੈ ਕੇ ਤੁਸੀਂ ਧਰਨੇ ਵੀ ਕਰਦੇ ਹੋ ਪ੍ਰਦਰਸ਼ਨ ਵੀ ਕਰਦੇ ਹੋ ਪਿਛਲੇ ਸਮੇਂ ਦੇ ਵਿੱਚ ਤੁਹਾਡੇ ਧਰਨਿਆਂ ਵਿੱਚ ਤੁਹਾਡੀ ਉਮਰ ਦੇ ਜਾਂ ਤੁਹਾਡੇ ਤੋਂ ਬਜ਼ੁਰਗ ਹੀ ਹੁੰਦੇ ਸੀ ਪਰ ਹੁਣ ਦੇਖਣ ਦੇ ਵਿੱਚ ਆਇਆ ਕਿ ਧਰਨਿਆਂ ਦੇ ਵਿੱਚ ਨੌਜਵਾਨ ਵਰਗ ਬਹੁਤ ਜਾ ਰਿਹਾ ਹੈ ਅੱਜ ਸਾਡੀਆਂ ਮਾਈਆਂ ਵੀ ਇਹਨਾਂ ਦੇ ਵਿੱਚ ਧਰਨਿਆਂ ਦੇ ਵਿੱਚ ਬਹੁਤ ਗਿਣਤੀ ਦੇ ਵਿੱਚ ਸ਼ਾਮਲ ਹੁੰਦੀਆਂ ਇਸ ਨੂੰ ਤੁਸੀਂ ਇੱਕ ਚੰਗਾ ਸੰਕੇਤ ਮੰਨਦੇ ਹੋ ਗੁਰੂ ਸਾਹਿਬ ਦਾ ਫਰਮਾਨ ਹੈ ਜਬਾ ਬਾਣ ਲਾਗਿਓ ਤਵੈ ਰੋਸ ਜਾਗਿਓ ਜਿਵੇਂ ਜਿਵੇਂ ਸਰਕਾਰਾਂ ਵੱਲੋਂ ਸਰਕਾਰਾਂ ਦੀਆਂ ਮਾੜੀਆਂ ਨੀਤੀਆਂ ਲੋਕਾਂ ਦੇ ਚੁੱਲਿਆਂ ਤੱਕ ਆਉਣਗੀਆਂ ਲੋਕਾਂ ਦੇ ਵਿੱਚ ਰੋਸ ਜਾਗਣਗੇ ਹੁਣ ਸਾਨੂੰ ਉਮੀਦ ਇਹ ਹੈ ਵੀ ਸਾਡੇ ਬਜ਼ੁਰਗ ਕਿਸਾਨ ਲੀਡਰ ਜਿਹੜੇ ਉਹਨਾਂ ਨੂੰ ਸਾਡਾ ਨੌਜਵਾਨ ਅਤੇ ਵੱਡੇ ਪੱਧਰ ਤੇ ਉਤਸ਼ਾਹਤ ਹੋ ਕੇ ਅੰਦੋਲਨ ਵਿੱਚ ਆ ਰਿਹਾ ਹੈ ਵੀ ਜਿਹੜੇ ਨੌਜਵਾਨ ਹੈ ਸਾਡੇ ਉਹ ਸਾਡੇ ਬਜ਼ੁਰਗ ਲੀਡਰ ਨੂੰ ਪਿੱਛੇ ਧੱਕ ਕੇ ਆਪ ਗੋਲੀਆਂ ਖਾਣ ਲਈ ਆ ਕੇ ਆਉਣਗੇ ਨੌਜਵਾਨੀ ਵੱਡੇ ਪੱਧਰ ਤੇ ਸਾਡੀ ਇਸ ਅੰਦੋਲਨ ਵੱਲ ਵੀ ਹੀਰਾ ਕੱਟ ਕੇ ਚੱਲ ਪਈ ਹੈ ਹੁਣ ਸਾਨੂੰ ਉਮੀਦ ਹੈ ਵੀ ਜਦੋਂ ਸਾਡੀ ਨੌਜਵਾਨੀ ਖੜੀ ਹੋ ਗਈ ਹੈ ਹੁਣ ਅਸੀਂ ਅੰਦੋਲਨ ਹਾਰਾਂਗੇ ਨਹੀਂ ਜਿੱਤ ਕੇ ਹਟਾਂ ਮਾਤਾ ਜੀ ਮੋਦੀ ਸਰਕਾਰ ਵੱਲੋਂ ਜਿਹੜੇ ਕਾਨੂੰਨ ਲਿਆਂਦੇ ਜਾ ਰਹੇ ਆ ਜੇਕਰ ਇਹ ਪਾਸ ਹੁੰਦੇ ਆ ਤਾਂ ਸਾਡੇ ਜਿਹੜੇ ਨੌਜਵਾਨ ਆ ਸਾਡੇ ਵਿਅਕਤੀ ਆ ਉਹ ਤਾਂ ਬਾਤ ਚੜ ਕੇ ਸਾਰੇ ਰਹਿੰਦੇ ਔਰਤਾਂ ਵੀ ਅੱਜ ਅਸੀਂ ਦੇਖਿਆ ਕਿ ਇੱਥੇ ਕਾਫੀ ਮਾਤ ਵੱਡੀ ਗੰਟੀ ਵਿੱਚ ਕਤਲ ਹੋਈਆਂ ਤੇ ਔਰਤਾਂ ਕਿਹੜੀ ਕੁਰਬਾਨ ਕਿਹੜੀ ਹੱਦ ਤੱਕ ਕੁਰਬਾਨੀ ਕਰ ਸਕਦੇ ਜੋ ਵੀ ਸਾਡੇ ਬੰਦੇ ਕਰ ਰਹੇ ਆ ਸਾਡੇ ਸਾਰੇ ਕਿਸਾਨ ਕਰ ਰਹੇ ਆ ਅਸੀਂ ਉਹਨਾਂ ਦੇ ਨਾਲ ਤਿਆਰ ਆ ਕੁਰਬਾਨੀਆਂ ਦੇਣ ਨੂੰ ਜੋ ਸਾਡੇ ਨਾਲ ਧੱਕੇ ਹੋ ਰਹੇ ਆ ਉਹ ਅਸੀਂ ਹੋਣ ਨਹੀਂ ਦੇਵਾਂਗੇ ਔਰਤਾਂ ਦਾ ਅਸੀਂ ਦੇਖਿਆ ਕਿ ਕੰਮ ਸਾਡੇ ਆਮ ਹੀ ਸਮਾਜ ਦੇ ਵਿੱਚ ਕਿਹਾ ਜਾਂਦਾ ਕਿ ਔਰਤਾਂ ਚੁੱਲ੍ਹੇ ਚੌਕੇ ਤੱਕ ਸੀਮਤ ਹੁੰਦੀਆਂ ਪਰ ਅੱਜ ਅਸੀਂ ਦੇਖਿਆ ਕਿ ਸੰਘਰਸ਼ਾਂ ਦਾ ਪੜ ਮਗਿਆ ਤਾਂ ਔਰਤਾਂ ਵੱਡੀ ਗਿਣਤੀ ਵਿੱਚ ਪਹੁੰਚੀਆਂ ਇਹਦਾ ਤੁਸੀਂ ਕੀ ਕਾਰਨ ਮੰਨਦੇ ਹੋ ਚੁੱਲ੍ਹੇ ਸਾਡੇ ਕਿਸਾਨਾਂ ਦੇ ਨਾਲ ਹੀ ਨੇ ਬੰਦਿਆਂ ਦੇ ਨਾਲ ਹੀ ਚੁੱਲ੍ਹੇ ਨੇ ਜੇ ਕੋਈ ਕਮਾਈ ਨਾ ਹੋਈ ਫਿਰ ਚੁੱਲ੍ਹੇ ਕਾਹਦੇ ਨਾ ਤਾਂ ਫਿਰ ਚੁੱਲ੍ਹੇ ਤਾਂ ਠੰਡੇ ਹੋਈ ਜਾਂਦੇ ਨੇ ਦਿਨ ਦਿਨ ਇੰਨੀਆਂ ਵਗਈਆਂ ਹੋਈ ਜਾਂਦੀਆਂ ਚੁੱਲ੍ਹੇ ਕਾਹਦੇ ਨਾ ਤਾਂ ਫੜਨਗੇ ਕੀ ਖਾਵਾਂਗੇ ਤੁਸੀਂ ਦੇਖਿਆ ਕਿ ਕਿਸ ਤਰੀਕੇ ਨਾਲ ਭਾਰਤੀ ਕਿਸਾਨੀ ਯੂਨੀਅਤ ਸਿੱਧੂਪੁਰ ਦੇ ਜ਼ਿਲ੍ਹਾ ਜਾਨ ਅਸਕਤਰਿੰਦਰਜੀਤ ਸਿੰਘ ਕਣਿਆਨੇ ਆਪਣੇ ਵਿਚਾਰ ਰੱਖੇ ਉਸ ਤੋਂ ਬਾਅਦ ਬਜ਼ੁਰਗ ਮਾਤਾਵਾਂ ਨੇ ਆਪਣੇ ਵਿਚਾਰ ਰੱਖੇ ਉਹਨਾਂ ਨੇ ਬੇਬਾਕੀ ਨਾਲ ਦੱਸਿਆ ਕਿ ਜੇਕਰ ਇਹ ਅੰਦੋਲਨ ਜੇਕਰ ਇਹ ਕਿਸਾਨੀ ਬਿੱਲ ਪਾਸ ਹੁੰਦੇ ਆ ਕਾਨੂੰਨ ਬਣਦੇ ਆ ਤਾਂ ਅਸੀਂ ਕਿਸੇ ਵੀ ਹੱਦ ਤੱਕ ਕੁਰਬਾਨੀ ਕਰਨ ਲਈ ਤਿਆਰ ਆ ਅਸੀਂ ਪਿੱਛੇ ਨਹੀਂ ਹਟਾਂਗੇ ਔਰਤਾਂ ਨੇ ਕਿਹਾ ਕਿ ਅਸੀਂ ਮਰਦਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਹਰ ਕੁਰਬਾਨੀ ਕਰਨ ਲਈ ਤਿਆਰ ਆ ਕੈਮਰਾਮੈਨ ਵਿਸ਼ਾਲ ਦੇ ਨਾਲ ਮਨਿੰਦਰਜੀਤ ਸਿੱਧੂ ਲੋਕ ਵਾਈਟ ਟੀਵੀ